ਇਹਦੇ 'ਚ ਇੱਕ ਗੱਲ ਤਾਂ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੇ ਬੜਾ ਸਪਸ਼ਟ ਕੀਤਾ ਕਿ ਜੋ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਸੀ ਉਹ ਸਾਰੀ ਝੂਠੀ ਸੀ। ਸਾਰਾ ਕੁਛ ਉਹਨਾਂ ਨੇ ਇਲੈਕਸ਼ਨ ਜਿੱਤਣ ਵਾਸਤੇ ਕਿ ਅਸੀਂ ਹੱਲ ਕਰਤਾ, ਅਸੀਂ ਫੜ ਲਏ, ਅਸੀਂ ਇਹ ਕੀਤਾ, ਕਿਉਂਕਿ ਸੀ ਬੀ ਆਈ ਨੇ ਬੜੇ ਪੁਆਇੰਟ ਬਾਏ ਪੁਆਇੰਟ ਜੋ ਪੰਜਾਬ ਸਰਕਾਰ ਨੇ ਕਿਹਾ ਸੀ, ਬੰਦੇ ਫੜੇ ਸੀ ਉਹਨਾਂ ਨੇ ਕਿਹਾ ਸੀ, ਪੁਆਇੰਟ ਬਾਏ ਪੁਆਇੰਟ ਉਹਨਾਂ ਨੇ ਕਿਹਾ ਕਿ ਆ ਸਾਰਾ ਗਲਤ ਸੀ ਟੈਕਨੀਕਲੀ ਕਰਕੇ। ਪਰ ਮੈਂ, ਅਸੀਂ ਸ਼੍ਰੋਮਣੀ ਅਕਾਲੀ ਦਲ ਨੇ, ਅਸੀਂ ਹੋਮ ਮਿਨਿਸਟਰ ਨਾਲ ਵੀ ਗੱਲ ਕੀਤੀ ਹੈ, ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕਰ ਰਹੇ ਹਾਂ ਕਿ ਜੀ ਇਹਨੂੰ ਜੇ ਸੀ ਬੀ ਆਈ ਨੂੰ ਰਿਕੁਐਸਟ ਡਾਇਰੈਕਸ਼ਨ ਦੇ ਕਿ ਕਲੋਜ਼ਰ ਨਹੀਂ ਹੋਣਾ ਚਾਹੀਦਾ, ਫਾਈਨਲ ਜੋ ਲੋਕ ਜਿਨ੍ਹਾਂ ਨੇ ਗੁਣਾ ਕੀਤਾ ਉਹਨਾਂ ਨੂੰ ਜ਼ਰੂਰ ਫੜ। ਪਰ ਪੰਜਾਬ ਸਰਕਾਰ ਕੋਲ ਵਿਜੇ ਪ੍ਰਤਾਪ ਤੇ ਬਹੁਤ ਫੇਥ ਜਤਾ ਰਹੀ ਹੈ। ਜਿਹੜਾ ਇਨਸਾਨ ਕੋਈ, ਤੁਸੀਂ ਹੁਣੀ ਪਿੱਛੇ ਜੇ ਦੇਖਿਆ ਹੋਣਾ ਕਿ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਉਹਦੀ ਕ੍ਰੈਡੀਬਿਲਟੀ 'ਤੇ ਸ਼ੱਕ ਕੀਤਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਉਹਨੂੰ ਡਿਸਕ੍ਰੈਡਿਟ ਕਰ ਦਿੱਤਾ। ਜਿਹੜਾ ਇੰਨਾ ਡਿਸਕ੍ਰੈਡਿਟਡ ਬੰਦਾ ਹੋਏ, ਜਿਹੜਾ ਇਕੱਲਾ ਸਰਕਾਰ ਦੇ ਕਹਿਣ 'ਤੇ ਗੱਲ ਕਰੇ, ਉਹ ਤਾਂ ਕੋਈ ਇਨਸਾਫ ਨਹੀਂ ਮਿਲਦਾ। ਹਰ ਸਿੱਖ ਚਾਹੁੰਦਾ, ਹਰ ਪੰਜਾਬੀ ਚਾਹੁੰਦਾ ਕਿ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹ ਅੰਦਰ ਹੋਣ, ਅਤੇ ਉਦੋਂ ਤੱਕ ਸ਼ਾਂਤੀ ਨਹੀਂ ਹੋਊਗੀ, ਉਦੋਂ ਤੱਕ ਲੋਕਾਂ ਦੇ ਦਿਲਾਂ 'ਚ ਮਰਨ ਲੱਗੂ ਜਿੰਨਾ ਤੱਕ ਦੋਸ਼ੀ ਅੰਦਰ ਨਹੀਂ ਆਉਂਦੇ। ਸੋ ਸੀ ਬੀ ਆਈ ਨੂੰ, ਜਿਹੜੇ ਸੀ ਬੀ ਆਈ ਨੇ ਕਾਂਗਰਸ ਦੀ ਸਰਕਾਰ ਦੇ ਜੋ ਏਜੰਸੀ ਜਿਹੜਾ ਉਹਨਾਂ ਨੇ ਫਾਈਂਡਿੰਗ ਦਿੱਤੀ ਸੀ ਉਹ ਤਾਂ ਰਿਜੈਕਟ ਕਰਤੀ ਹੈ, ਪਰ ਉਹਨਾਂ ਨੂੰ ਕੰਟੀਨਿਊਲੀ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਜਦੋਂ ਤੱਕ ਦੋਸ਼ੀ ਨਾ ਫੜੇ ਜਾਣ। ਹਾਈ ਪੋਲੀਟੀਕਲ ਬੰਦਾ ਮੈਨੂੰ ਲੱਗਦਾ, ਮੈਨੂੰ ਕੋਈ ਆ ਵੀ ਮੈਨੂੰ ਲੱਗਦਾ ਕਿ ਉਹ ਮਤਲਬ ਸ਼ਾਇਦ ਅਗਲਾ ਇਲੈਕਸ਼ਨ ਨਾ ਲੜਨਾ। 232 ਮੈਂ ਤੁਹਾਨੂੰ ਪਹਿਲੀ ਗੱਲ ਸੀ ਯਾਦ ਹੈ ਜਦੋਂ ਆਪਣੀ ਸਰਕਾਰ ਸੀ ਮੈਂ ਕੀ ਕਹਿੰਦਾ ਸੀ ਕਿ ਪਾਕਿਸਤਾਨ ਨੈਰਕੋ ਟੈਰਰਿਜ਼ਮ ਫੈਲਾ ਰਿਹਾ, ਅਤੇ ਆ ਕਾਂਗਰਸ ਦੇ ਮੁੱਖ ਮੰਤਰੀ ਅਤੇ ਕਾਂਗਰਸ ਲੀਡਰ ਕੀ ਕਹਿੰਦੇ ਸੀ, ਨਹੀਂ ਨਹੀਂ ਜੀ ਐਵੇਂ ਗਮਾਨੇ ਲਾਉਂਦਾ। ਹੁਣ ਕਿਉਂ, ਹੁਣ ਕਿਉਂ ਚੁੱਪ ਹੈ, ਹੁਣ ਕੈਪਟਨ ਸਾਹਿਬ ਕਿਉਂ ਚੁੱਪ ਹੈ, ਹੁਣ ਜਦੋਂ 500 ਕਿਲੋ ਪੰਜਾਬ 'ਚ ਆਉਣ ਲੱਗ ਗਈ ਕਿਉਂ ਚੁੱਪ ਹੈ, ਕਿਉਂ ਹੁਣ ਕਹਿ ਰਹੇ ਹਾਂ ਕਿ ਸੈਂਟਰ ਦੀ ਸਰਕਾਰ ਕੀਤਾ ਜੀ, ਉਦੋਂ ਤਾਂ ਸਾਨੂੰ ਕਹਿੰਦੇ ਸੀ ਕਿ ਅਸੀਂ ਨਹੀਂ ਕਰਦੇ, ਹੁਣ ਕਿਉਂ ਨਹੀਂ ਕਰ ਰਹੇ? ਕਾਰਨ ਹੁਣ ਪ੍ਰੋਬਲਮ ਹੁਣ ਵੱਧ ਕਿਉਂ ਗਿਆ ਹੈ? ਡਰੱਗਸ ਕੋਈ ਇਹੋ ਜਿਹੀ ਚੀਜ਼ ਹੈ, ਪਰ ਬਹੁਤ ਦੇਰੋਂ ਦੀ ਚੱਲ ਰਹੀ ਸੀ ਪਰ ਹੁਣ ਵੱਧ ਗਿਆ। ਕਾਰਨ ਹੈ ਕਿ ਹੁਣ ਸਰਕਾਰ ਨਹੀਂ ਹੈ, ਹੁਣ ਜਿਹੜੇ ਲੋਕਲ ਲੀਡਰ ਕਾਂਗਰਸ ਦੇ ਅਤੇ ਜਿਹੜੇ ਕਾਂਗਰਸ ਦੇ ਲੋਕਲ ਪੁਲਿਸ ਸਟੇਸ਼ਨਸ ਹੈ ਉਹਨਾਂ ਨਾਲ ਮੇਲ ਹੋ ਗਿਆ। ਜਿੰਨੇ ਤੁਸੀਂ ਦੇਖੋਗੇ ਆ ਡਰੱਗ ਸਮਗਲਰ ਹੈ ਉਹ ਸਾਰੇ ਉਹਨਾਂ ਨਾਲ ਮੰਥਲੀਆਂ ਸੈੱਟ ਹੋ ਗਈਆਂ, ਕਿਉਂਕਿ ਜਦੋਂ ਸਰਕਾਰ ਨਾਲ ਮਿਲ ਜੇ ਤਾਂ ਹੀ ਉਹ ਵਧੀਆ ਚੀਜ਼। ਆਪਣੇ ਟਾਈਮ 'ਚ ਕਿਤੇ 500-600 ਕਿਲੋ ਕਿਤੇ ਨਹੀਂ ਫੜੀ ਗਈ। ਐਸ ਟੀ ਐਫ ਕੀ ਹੈ? ਕਿਸੇ ਟਾਈਮ ਲਾਉਣ ਦੇ ਐਸ ਟੀ ਐਫ ਨੂੰ 2.5 ਸਾਲ ਹੋ ਗਏ, 2.5 ਸਾਲਾਂ 'ਚ ਵੱਧ ਗਿਆ। ਵਿਲ ਪਾਰ ਚਾਹੀਦੀ ਹੈ, ਮੁੱਖ ਮੰਤਰੀ ਦਾ ਵਿਲ ਪਾਰ ਚਾਹੀਦੀ ਹੈ। ਮੁੱਖ ਮੰਤਰੀ ਕੋਲ ਟਾਈਮ ਹੀ ਨਹੀਂ ਪੰਜਾਬ 'ਚ ਆ ਕੇ ਲੋਕਾਂ ਨੂੰ ਮਿਲ ਸਕਣ, ਪਤਾ ਕਰ ਸਕਣ ਕਿਹੜੇ ਪਿੰਡ 'ਚ ਕੀ ਹੋ ਰਿਹਾ, ਕਿਵੇਂ ਡਰੱਗਸ ਫੈਲ ਰਿਹਾ। ਮੁੱਖ ਮੰਤਰੀ ਨੇ ਕਿਤੇ ਪਤਾ ਹੀ ਨਹੀਂ ਕੀਤਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ 2.5 ਸਾਲ ਹੋ ਗਏ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਸੱਦੀ ਹੋਣੀ ਕਿ ਕਿੰਨੇ ਡਰੱਗਸ ਫੜੇ ਗਏ, ਕਿਹਨੇ ਫੜੇ ਆ, ਕਿਹੜਾ ਅਫਸਰ, ਕਿਹੜੇ ਅਫਸਰ ਚੰਗਾ ਕਿਹੜਾ ਮਾੜਾ, ਮੁੱਖ ਮੰਤਰੀ ਨੇ ਅੱਜ ਤੱਕ ਨਹੀਂ ਕੀਤੀ। ਤੁਸੀਂ ਸਰਕਾਰ ਉਹਨਾਂ ਦੀ, ਹੁਣ ਉਹਨਾਂ ਦੇ ਸਾਰੇ ਕਾਂਗਰਸ ਦੇ ਲੀਡਰ, ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ
ਕਿ ਸਾਰੀ ਪੇਟਰਨੇਜ ਇਹਨਾਂ ਦੇ ਲੋਕਲ ਲੀਡਰ ਕਰ ਰਹੇ ਆ। 532 ਕਿਲੋ ਵੀ ਉਹਦਾ ਪਾਰਟ ਹੈ ਜੀ, ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ, ਇੰਨਾ ਇਨਵੈਸਟੀਗੇਸ਼ਨ ਕਰ ਰਹੀ ਹੈ। ਪਰ ਜਿਹੜੀ ਡਿਸਟ੍ਰੀਬਿਊਸ਼ਨ ਹੈ, ਜਿਹੜੀ ਇੰਨੀ ਵੱਡੀ ਖੁੱਲ੍ਹ ਜਦੋਂ ਉਦੋਂ ਹੁੰਦੀ ਹੈ ਜਦੋਂ ਫੋਰ ਇਗਜ਼ਾਮਪਲ ਜੇ ਇੱਥੇ ਟ੍ਰੈਫਿਕ ਪੁਲਿਸਮੈਨ ਨਾ ਹੋਏ ਤਾਂ ਟ੍ਰੈਫਿਕ ਵੱਧ ਜੂਗਾ, ਇਨਡਿਸਪਲਿਨ ਹੋ ਜੂਗਾ। ਜੇ ਪੁਲਿਸ ਰਹੂਗੀ ਪਰਫੈਕਟਿਵ ਰਹੂਗੀ ਔਰ ਸਾਰਾ ਸਿਸਟਮ ਹੋ ਜੂਗਾ। ਅੱਜ ਸਾਰਾ ਇਨਫੈਕਟਿਵ ਕਿਉਂ ਹੋ ਗਿਆ? ਕਿਉਂਕਿ ਥੱਲੇ ਸਾਰਾ ਕੁਛ ਪੂਰੀ ਪੇਟ ਨੇ ਚੱਲ ਰਹੀ ਹੈ। ਸੀ ਮੈਂ ਉਹੀ ਕਹਿੰਦਾ ਕਿ ਆਹ ਤਾਂ ਹੁਣ ਪਾਰਟੀ ਦਾ ਇੰਟਰਨਲ ਮੈਟਰ ਹੈ, ਮੈਂ ਇਹਦੇ 'ਚ ਡਿਸਕਸ ਨਹੀਂ ਕਰਨਾ। ਐਕਚੁਲੀ ਮੈਂ ਇਹ ਕਹਿਣਾ ਚਾਹੁੰਦਾ, ਉਹਨਾਂ ਨੂੰ ਜ਼ਿੰਦਗੀ 'ਚ ਬਹੁਤ ਵਧੀਆ ਮੌਕਾ ਸੀ। ਗੁਰੂ ਘਰ ਨੇ ਉਹਨਾਂ ਨੂੰ ਇੰਨਾ, ਅੱਜ ਇਸ ਪਵਿੱਤਰ ਧਰਤੀ ਨੇ, ਇਸ ਪਵਿੱਤਰ ਸ਼ਹਿਰ ਨੇ, ਜੋ ਅੱਜ ਨਵਜੋਤ ਸਿੰਘ ਸਿੱਧੂ ਹੈ, ਇਸ ਪਵਿੱਤਰ ਸ਼ਹਿਰ ਕਰਕੇ ਹੈ, ਇਸ ਗੁਰੂ ਦੀ ਨਗਰੀ ਦੇ ਆਸ਼ੀਰਵਾਦ ਕਰਕੇ ਹੈ। ਪਰ ਉਹਨੇ ਇਸ ਪਵਿੱਤਰ ਨਗਰੀ ਵਾਸਤੇ ਕੁਛ ਨਹੀਂ ਕੀਤਾ। ਜਿਸ ਨਗਰੀ ਨੇ, ਜਿਸ ਪਵਿੱਤਰ ਸ਼ਹਿਰ ਨੇ ਉਹਨਾਂ ਨੂੰ ਐਡੀ ਸ਼ਾਨੋ ਸ਼ੌਕਤ ਦਿੱਤੀ, ਉਹਨਾਂ ਕੋਲ ਮਹਿਕਮਾ ਹੀ ਪਰਮਾਤਮਾ ਨੇ ਉਹੀ ਦਿੱਤਾ ਜਿਹੜਾ ਇਸ ਗੁਰੂ ਦੀ ਨਗਰੀ ਨੂੰ ਖੂਬਸੂਰਤ ਬਣਾ ਸਕਦਾ ਸੀ। ਪਰ ਅਫਸੋਸ ਕਿ ਆਪਣੇ ਡਰਾਮਿਆਂ ਤੋਂ ਬਗੈਰ ਐਡੀ ਐਡੀਆਂ ਸੋਹਣੀਆਂ ਚੀਜ਼ਾਂ ਬਣੀਆਂ ਸੀ, ਸਾਰੀਆਂ ਹੀ ਤਬਾਹ ਕਰ ਦਿੱਤੀਆਂ। ਅੱਜ ਤੁਸੀਂ ਰਸਤੇ ਮਾਰਗ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ। ਅੱਜ ਸ਼ਹਿਰ ਦੀ ਦਿਖਾ ਦੇਖੋ, ਕੂੜਾ ਪਿਆ ਇੱਥੇ, ਸੜਕਾਂ ਟੁੱਟੀਆਂ ਪਈਆਂ, ਲਾਈਟਾਂ ਬੰਦ ਹੈ। ਜਿਹੜਾ ਮੇਨ ਆਪਣਾ ਐਂਟਰੀ ਗੇਟ ਹੈ, ਦੇਖੋ ਤਾਂ ਰਾਤ ਨੂੰ ਕੋਈ ਲਾਈਟ ਚੱਲਦੀ ਹੈ? ਮੰਤਰੀ ਕੌਣ ਸੀ? ਨਵਜੋਤ ਸਿੱਧੂ 2.5 ਸਾਲ, ਅਤੇ ਅੱਜ ਹੁਣ ਮੰਤਰੀ ਨਹੀਂ ਹੈ ਤਾਂ ਹੁਣ ਯਾਦ ਆਉਂਦੀ ਹੈ? ਮੈਨੂੰ ਲੱਗਦਾ ਸਾਰਾ ਕੁਛ ਪਰਮਾਤਮਾ ਦੀ ਖੇਡ ਹੈ, ਸਾਰਾ ਪਰਮਾਤਮਾ ਦੀ ਖੇਡ ਹੈ। ਮੈਂ ਸਾਰੇ ਪੰਜਾਬੀਆਂ ਨੂੰ, ਮੁੱਖ ਮੰਤਰੀ ਜੀ ਨੂੰ, ਪੰਜਾਬ ਸਰਕਾਰ ਨੂੰ, ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ, ਆਓ ਇਕੱਠੇ ਹੋ ਕੇ ਆਪਾਂ ਆ ਸ਼ੁਭ ਦਿਹਾੜਾ ਮਨਾਈਏ, ਜਿੰਨੇ ਪ੍ਰੋਗਰਾਮ ਆਪਾਂ ਸਾਰੇ ਇਕੱਠੇ ਕਰੀਏ। ਅਤੇ ਮੈਂ ਬੇਨਤੀ ਵੀ ਕਰਦਾ ਮੁੱਖ ਮੰਤਰੀ ਜੀ ਨੂੰ, ਜ਼ਰੂਰ ਪਹੁੰਚਣ ਵਾਹਗਾ ਬਹੁਤ 18 ਬੋਗਰ ਜਦੋਂ ਨਗਰ ਕੀਰਤਨ ਆਊਗਾ ਰਿਸੀਵ ਕਰਨ ਵਾਸਤੇ, ਆ ਸਾਰਿਆਂ ਦਾ ਆਪਾਂ ਸਾਰੇ ਇਕੱਠੇ ਹੋ ਕੇ ਬਣਾਈ। ਮੈਂ ਉਹਨਾਂ ਬਾਰੇ ਕੀ ਕਰਾਂ, ISI ਦੇ ਏਜੰਟ ਉਹਦੇ ਬਾਰੇ ਕੀ ਕਰਾਂ? ਇੱਕ ਮਿੰਟ, ਨਗਰ ਕੀਰਤਨ ਬਿਦਰ ਤੋਂ ਵੀ ਆ ਰਿਹਾ, ਨਗਰ ਕੀਰਤਨ ਸਾਰੀ ਜਗ੍ਹਾ ਤੋਂ ਆ ਰਿਹਾ। ਆਹ ਜਿਹੜਾ ਮੇਨ ਨਗਰ ਕੀਰਤਨ ਆਪਣੇ ਉੱਥੋਂ ਤਖ਼ਤ ਸਾਹਿਬ ਨਨਕਾਣਾ ਸਾਹਿਬ ਤੋਂ ਆ ਰਿਹਾ, ਆਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਸਾਰੀ ਇਕੱਠੀ ਇੱਕ ਹੋ ਕੇ ਆਹ ਮੇਨ ਉਹ ਹੈ ਫੰਕਸ਼ਨ। ਤੁਸੀਂ ਦੇਖੋਗੇ ਕਿ ਅੱਜ ਕੱਲ੍ਹ ਸਾਰੇ ਚਾਰੇ ਤੱਕ ਪੰਜਾਂ ਤਖ਼ਤਾਂ ਦੇ ਪ੍ਰਧਾਨ ਸਿੰਘ ਸਾਹਿਬ ਸਾਰੇ ਨਨਕਾਣਾ ਸਾਹਿਬ ਜਾ ਰਹੇ ਹੈ, ਉੱਥੋਂ ਇਕੱਠੇ ਹੀ ਆਉਣਗੇ। ਸੋ ਆਹ ਆਪਣਾ ਜਿਹੜਾ ਬਾਕੀ ਤੋਂ ਨਗਰ ਕੀਰਤਨ ਤਾਂ ਪਿੰਡਾਂ 'ਚ ਵੀ ਨਿਕਲਣਗੇ, ਮੈਂ ਉਹਦੇ ਬਾਰੇ ਕੁਛ ਨਹੀਂ ਕਰਨਾ, ਉਹ ਤਾਂ ਸਾਰਿਆਂ ਨੇ ਸਾਰੇ ਕਰਦੇ ਆ। ਚਲੋ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਸਰ, ਜਿਹੜੀ ਘੱਗਰ ਦਰਿਆ ਦਾ ਜੋ ਹਾਲਾਤ ਬਣੇ ਨੇ ਉਹਦੇ ਵਿੱਚ ਕਾਂਗਰਸ ਸਰਕਾਰ ਨੇ ਕਿਹਾ ਕਿ 10 ਸਾਲ ਅਕਾਲੀ ਦਲ ਨੇ ਕੀਤਾ ਕੀ ਹੈ ਜਿਹਦੇ ਕਰਕੇ ਘੱਗਰ ਦੇ ਜਿਹੜੇ ਪਾੜ ਪਏ ਨੇ। ਚਲੋ 2.5 ਸਾਲ ਦਾ ਕੁਛ ਕਰ ਲੈਂਦੇ ਹੋ? ਨਹੀਂ ਨਹੀਂ, ਹੁਣ 2.5 ਸਾਲ ਚੁੱਪ ਰਹੇ ਆ, ਹੁਣ 2.5 ਸਾਲ ਜੇ ਸਾਨੂੰ ਬਲੇਮ ਕਰਦੇ ਆ, ਅਸੀਂ ਮਾੜੇ ਸੀ ਜੀ, ਅਸੀਂ ਆਹ ਸੀ, ਹੁਣ ਤਾਂ 2.5 ਸਾਲ ਹੋ ਗਏ ਇਹਨਾਂ ਨੂੰ, 3 ਸਾਲ ਹੋ ਗਏ, 1 ਰੁਪਿਆ ਦੱਸਦੇ ਨੇ ਕਿੱਟ ਲਈ ਹੋਏ ਉੱਥੇ। ਮੁੱਖ ਮੰਤਰੀ ਦਾ ਆਪਣਾ ਹਲਕਾ ਹੈ, ਜਿੱਥੋਂ ਮੁੱਖ ਮੰਤਰੀ ਦੀ ਬੀਵੀ ਨੂੰ ਪਾਰਲੀਮੈਂਟ ਜਿਤਾਇਆ ਅਤੇ ਮੁੱਖ ਮੰਤਰੀ ਉੱਥੇ ਰਹਿੰਦਾ, ਅਤੇ ਇੱਕ ਇੱਟ ਲਾਈ ਹੋਏ, ਇੱਕ ਮੀਟਿੰਗ ਕੀਤੀ ਹੋਏ, ਮਨਪ੍ਰੀਤ ਬਾਦਲ ਵੀ ਗਏ ਸੀ ਉੱਥੇ, ਉਹਨਾਂ ਦਾ
ਬਠਿੰਡੇ ਦਾ ਵੀ ਬੁਰਾ ਹਾਲ ਹੋਇਆ ਪਿਆ ਕਰ ਦਿੰਦੇ 3 ਸਾਲ ਜੇ ਆਹ 3 ਸਾਲ ਪਏ ਸੀ 3 ਸਾਲ ਤਾਂ ਕੁਛ ਕਰ ਦਿੰਦੇ ਬਲੇਮ ਗੇਮ ਛੱਡੀਏ ਜੇ ਅਸੀਂ ਨਹੀਂ ਕੀਤਾ ਫੋਰ ਐਗਜ਼ਾਮਪਲ ਤਾਂ ਤੁਹਾਡੇ ਕੋਲ 3 ਸਾਲ ਤੁਸੀਂ ਕਰ ਦੇਣਾ ਸੀ ਜੇ ਤੁਸੀਂ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਹੁਣ ਤੁਹਾਡੇ ਕੋਲ ਪਾਵਰ ਹੈ ਇਹਦਾ ਮਤਲਬ ਨਹੀਂ ਹੈ ਕਿ ਤੁਸੀਂ ਹੁਣ ਨਹੀਂ ਕਰਨਾ ਤੁਸੀਂ ਸੀ ਪੰਜਾਬ ਬਹੁਤ ਵੱਡੀ ਕ੍ਰਾਈਸਿਸ ਤੂੰ ਫੇਸ ਕਰ ਰਿਹਾ ਮੈਂ ਤੈਨੂੰ ਅੱਜ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਸਾਹਮਣੇ ਕਹਿਣਾ ਚਾਹੁੰਦਾ ਸਭ ਤੋਂ ਇੰਪੋਰਟੈਂਟ ਚੀਜ਼ ਅਗਲੇ 15-20 ਸਾਲਾਂ 'ਚ ਪਾਣੀ ਹੋਊਗਾ ਪੰਜਾਬ ਵਾਸਤੇ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਪੰਜਾਬ 'ਚ ਪਾਣੀ ਰਹਿਣਾ ਨਹੀਂ ਜਿਵੇਂ ਰਾਜਸਥਾਨ ਬਣ ਗਿਆ ਉਹ ਐਜਾ ਬਣ ਸਕਦਾ ਹੈ ਆਪਾਂ ਨੂੰ ਰੇਨ ਹਾਰਵੈਸਟਿੰਗ ਅਤੇ ਸਾਰੀ ਸਰਕਾਰਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਲ ਪਾਰਟੀਆਂ ਨੂੰ ਸਾਰੀ ਮੀਟਿੰਗ ਕਰਕੇ ਪੰਜਾਬ ਦਾ ਪਾਣੀ ਕਿਵੇਂ ਬਚੇ ਪੰਜਾਬ ਦਾ ਵਾਟਰ ਲੈਵਲ ਕਿਵੇਂ ਉੱਤੇ ਰਹੇ ਆਹਦਾ ਟੈਕਨੀਕਲੀ ਜਿਹੜੀ ਆਪਾਂ ਕੋਈ ਕਮੇਟੀ ਬਣਾਈਏ ਜਾਂ ਕੁਛ ਕਰੀਏ ਕਿਵੇਂ ਪੰਜਾਬ ਦਾ ਪਾਣੀ ਬਚਾਈਏ ਕਿਉਂਕਿ ਜੇ ਪਾਣੀ ਨਹੀਂ ਤਾਂ ਇੱਥੇ ਕੋਈ ਜਾਨ ਨਹੀਂ ਅਤੇ ਆਪਾਂ ਅੱਜ ਜੇ ਆਪਣੀ ਸਰਦਾਰੀ ਹੈ ਪਾਣੀ ਕਰਕੇ ਹੈ ਜੇ ਪਾਣੀ ਨਹੀਂ ਰਿਹਾ ਤਾਂ ਪੰਜਾਬ 'ਚ ਕੁਛ ਨਹੀਂ ਰਹਿਣਾ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਕਿਵੇਂ ਪਾਣੀ ਜੇ ਬਾਹਰ ਜਾ ਰਿਹਾ ਉਹਨੂੰ ਕਿਵੇਂ ਰੱਖਣ ਵਾਸਤੇ ਜਿਹੜਾ ਆਪਣਾ ਗਰਾਊਂਡ ਵਾਟਰ ਕਿਵੇਂ ਰੇਨ ਹਾਰਵੈਸਟਿੰਗ ਕਰਕੇ ਕਿਵੇਂ ਜਿਹੜਾ ਪਲਿਊਟ ਕਰ ਰਿਹਾ ਪਾਣੀ ਹੁਣ ਦੇਖੋ ਜਿਹੜਾ ਪਾਣੀ ਆਪਾਂ ਨਹਿਰਾਂ ਜਾ ਰਿਹਾ ਪੋਲੂਟਡ ਪਾਣੀ ਹੋ ਰਿਹਾ ਉਹ ਵੀ ਖਰਾਬ ਹੀ ਕਰ ਰਿਹਾ ਉਹ ਪੋਲਿਊਸ਼ਨ ਵੀ ਆਪਾਂ ਬੰਦ ਕਰੀਏ ਸਾਰਾ ਆਹ ਇੱਕ ਨੰਬਰ 1 ਏਜੰਡਾ ਆਪਣੀ ਸਰਕਾਰਾਂ ਦਾ ਹੋਣਾ ਚਾਹੀਦਾ।